ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਗੋਲਡ ਸਟਾਰ ਸਮਾਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਬਾਈ। ਅੱਜ ਆਪਾਂ ਇੱਕ ਟਰੈਕਟਰ ਲੈ ਕੇ ਆਏ ਆ ਜਿਹਦੇ ਉੱਪਰ ਏਸੀ ਕੈਬਨ ਆ ਜਿਹੜਾ ਉਹ ਇੰਸਟਾਲ ਕੀਤਾ ਹੈ। ਗੋਲਡ ਸਟਾਰ ਦਾ ਏਸੀ ਕੈਬਨ ਲੱਗਿਆ। ਸੋ ਬਾਈ ਤੁਹਾਨੂੰ ਦੱਸ ਦਈਏ ਕਿ ਗੋਲਡ ਸਟਾਰ ਸਮਾਣਾ ਟਰੈਕਟਰ ਏਸੀ ਕੈਬਨ ਦੇ ਵਿੱਚ, ਟਰੈਕਟਰ ਫਰੰਟ ਵੇਟ ਦੇ ਵਿੱਚ, ਫਰੰਟ ਮੱਡਗਾ ਟਰੈਕਟਰ ਦੇ ਹੁੱਕਾਂ ਬੁਸ਼ ਟਾਈਪ ਹਨ, ਤੋ ਇਹ ਚੀਜ਼ਾਂ ਦੇ ਵਿੱਚ ਡੀਲ ਕਰਦਾ। ਕੰਟੈਕਟ ਨੰਬਰ ਹੈਗਾ 98720 37 100। ਇਹ ਟਰੈਕਟਰ ਦੇ ਉੱਪਰ ਏਸੀ ਕੈਬਨ ਲਗਵਾਉਣਾ ਚਾਹੁੰਦੇ ਹੋ ਤੇ ਜੇ ਫਰੰਟ ਵੇਟ ਵਗੈਰਾ ਲਗਵਾਉਣਾ ਚਾਹੁੰਦੇ ਹੋ, ਅਸੈਸਰੀਜ਼ ਹੋਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 7347-1051 ਦੇ ਉੱਪਰ। ਸੋ ਬਾਈ ਆ ਜਾਓ, ਤੁਹਾਨੂੰ ਟਰੈਕਟਰ ਦਿਖਾਉਂਦੇ ਜਿਹਦੇ ਉੱਪਰ ਆਪਾਂ ਹੁਣ ਏਸੀ ਕੈਬਨ ਇੰਸਟਾਲ ਕੀਤਾ। 655 DI ਨੋਵੋ ਮਹਿੰਦਰਾ ਜੀ, ਇਹਦੇ ਉੱਪਰ ਆਪਣਾ ਏਸੀ ਕੈਬਨ ਇੰਸਟਾਲ ਹੋਇਆ। ਸਮਾਰਟ ਪਲੱਸ ਏਸੀ ਕੈਬਨ ਹੈ ਇਹ। ਸੋ ਆਪਣੇ ਕੋਲ ਬਾਈ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਾ ਕਿੱਥੋਂ ਸਾਡੇ ਕੋਲ ਪਹੁੰਚੇ ਨੇ, ਕਿਵੇਂ ਉਹਨਾਂ ਨਾਲ ਸਾਡਾ ਰਾਬਤਾ ਕਾਇਮ ਕੀਤਾ। ਸੋ ਕਿਵੇਂ ਸਬੱਬ ਬਣਿਆ ਕਿ ਗੋਲਡ ਸਟਾਰ ਸਮਾਣਾ ਵਿਖਿਆ? ਬਾਕੀ ਇੱਕ ਵਾਰ ਤੁਹਾਨੂੰ ਟਰੈਕਟਰ ਦੀ ਲੁੱਕ ਦਿਖਾ ਦਈਏ ਕਿ ਟਰੈਕਟਰ ਬਾਕੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਨਾ ਜਦੋਂ ਏਸੀ ਕੈਬਨ ਇੰਸਟਾਲ ਹੋ ਜਾਂਦਾ ਟਰੈਕਟਰ ਦੇ ਉੱਪਰ। ਪਲੱਸ 4x4 ਟਰੈਕਟਰ ਹੈ ਜਿਹੜਾ, ਉਹਦੇ 'ਤੇ ਖਾਸ ਕਰਕੇ ਇੱਕ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਨੇ ਵੀ ਫਲਾਣਾ ਕੱਪੜਾ ਜੇ ਫਲਾਣਾ ਬੰਦਾ ਪਾਵੇ ਤਾਂ ਵਾਹਲਾ ਜੱਚੇ, ਉਹ ਕੰਮ ਇਹਦਾ ਵੀ ਜੇ ਏਸੀ ਕੈਬਨ ਇਹ ਟਰੈਕਟਰ ਵਾਸਤੇ ਹੀ ਬਣੇ ਨੇ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜਿਹੜੇ 4-wheel ਡਰਾਈਵ ਟਰੈਕਟਰ ਦੇ ਉੱਪਰ ਏਸੀ ਕੈਬਨ ਨੇ, ਜਿਹੜੇ ਏਸੀ ਕੈਬਨ ਦੀ ਫੈਕਟਰੀ ਹੈ, ਕੰਪਨੀ ਹੈ ਕੋਈ ਵੀ, ਜਦੋਂ ਏਸੀ ਕੈਬਨ ਲਾਉਂਦੇ ਆ ਸਿਰਫ 4-wheel ਡਰਾਈਵ ਵਾਸਤੇ ਹੀ ਬਣੇ ਨੇ ਕਿਉਂਕਿ ਇਹਦੀ ਲੁੱਕ ਇੰਨੀ ਜ਼ਿਆਦਾ ਵਧੀਆ ਨਿਕਲ ਕੇ ਆਉਂਦੀ ਹੈ। ਸੋ ਬਾਈ ਆਪਣੇ ਨਾਲ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ। ਸੋ ਬਾਈ ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਵੀਰੇ? ਹਾਂਜੀ, ਫਸਟ ਕਲਾਸ ਜਾਵਾਂ। ਸੋ ਬਾਈ ਗੋਲਡ ਸਟਾਰ ਸਮਾਣਾ ਬਾਰੇ ਜਿਹੜਾ ਤੁਸੀਂ ਪਹਿਲਾਂ ਇਹ ਦੱਸੋ ਵੀ ਕੰਪਨੀ ਬਾਰੇ ਕਿੱਥੋਂ ਸੁਣਿਆ ਤੁਸੀਂ? ਕੰਪਨੀ ਬਾਰੇ ਵੀਰੇ ਨੈੱਟ ਵਗੈਰਾ ਤੋਂ ਦੇਖ ਕੇ, ਯੂਟਿਊਬ ਤੋਂ, ਇੰਟਰਨੈਟ ਤੋਂ ਹੀ ਤੁਸੀਂ ਇਹਦੇ ਵਿੱਚ। ਠੀਕ ਹੈ ਬਾਈ, ਤੇ ਬਾਕੀ ਇੱਕ ਵਾਰੀ ਆਪਣਾ ਐਡਰੈਸ ਬਾਈ ਆਪਣੇ ਜਿਹੜੇ ਦਰਸ਼ਕ ਵੀਰ ਉਹਨਾਂ ਨੂੰ ਦੱਸ ਦਿਓ ਤਾਂ ਕਿ ਤੁਹਾਡੇ ਨੇੜੇ ਤੇੜੇ ਜਿਹੜੇ ਬਾਈ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਤੁਹਾਨੂੰ ਨੋਨ ਪਰਸਨ ਨੇ, ਤੁਹਾਡੇ ਜਾਣਦੇ ਨੇ, ਤੁਹਾਡੇ ਨਾਲ ਇੱਕ ਵਾਰੀ ਰਾਬਤਾ ਕਾਇਮ ਕਰਕੇ ਟਰੈਕਟਰ ਨੂੰ ਜਿਹੜੇ ਅੰਦਰੋਂ ਦੇਖਣਾ ਚਾਹੁੰਦੇ ਨੇ, ਨੇੜਿਓਂ ਦੇਖਣਾ ਚਾਹੁੰਦੇ ਨੇ, ਕਿਸੇ ਮਜਬੂਰੀ ਕਰਕੇ ਜਾਂ ਕੰਮਾਂ ਧੰਦਿਆਂ ਕਰਕੇ ਪਿੰਡਾਂ 'ਚੋਂ ਨਹੀਂ ਨਿਕਲ ਸਕਦੇ, ਹੈ ਨਾ, ਆਪਣਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਪਰ ਚੀਜ਼ ਵੀ ਦੇਖਣੀ ਚਾਹੁੰਦੇ ਨੇ। ਸੋ ਬਾਈ ਤੁਸੀਂ ਪਹਿਲਾਂ ਇੱਕ ਵਾਰ ਐਡਰੈਸ ਦੱਸੋ ਜੀ। ਆਪਾਂ ਪਿੰਡ ਰੋੜਕੀ ਕਲਾਂ ਜੀ, ਜ਼ਿਲ੍ਹਾ ਮਲੇਰਕੋਟਲਾ। ਜ਼ਿਲ੍ਹਾ ਮਲੇਰਕੋਟਲਾ, ਮਲੇਰਕੋਟਲਾ, ਠੀਕ ਹੈ ਜੀ। ਤੇ ਜਿੱਥੇ ਏਸੀ ਕੈਬਨ ਜਾ ਰਿਹਾ ਹੈ? ਹਾਂਜੀ, ਰੋੜਕੀ ਪਿੰਡ, ਰੋੜਕੀ ਕਲਾਂ, ਰੋੜਕੀ ਕਲਾਂ ਪਿੰਡ ਮਲੇਰਕੋਟਲੇ। ਹਾਂਜੀ। ਸੋ ਬਾਈ ਨਾਮ? ਅਛਰਾ ਸਿੰਘ। ਅਛਰਾ ਸਿੰਘ, ਹਾਂਜੀ ਠੀਕ ਹੈ ਜੀ, ਅਛਰਾ ਸਿੰਘ। ਸੋ ਬਾਈ ਏਸੀ ਕੈਬਨ ਬਾਈਆਂ ਨੇ ਲਗਵਾਇਆ, ਸੋ ਬਾਈ ਤੂੜੀ ਵਗੈਰਾ ਤੇ ਲੌਂਗ ਟਰੈਕਟਰ ਜੀ ਵਗੈਰਾ ਵੀ ਲੇਜ਼ਰ ਤੇ ਜਾਂਦਾ? ਲੇਜ਼ਰ ਤੇ ਜਾਂਦਾ, ਉਹ ਵੀ ਵੈਸੇ ਦੇਖਿਆ ਜਾਵੇ ਤੂੜੀ ਵਾਲਾ ਤਾਂ ਤੂੜੀ ਦਾ ਵੀ 10 ਦਿਨ ਦਾ ਕੰਮ ਹੁੰਦਾ। ਹਾਂ, ਹੁਣ ਵੈਸੇ ਮਾਹੌਲ ਥੋੜਾ ਪੱਕ ਲੈ ਜਾਂਦਾ ਪੁਰਾਣਾ, ਜਿਹਨੂੰ ਇਹ ਤੋਂ ਬਾਅਦ ਪਹਿਲਾਂ ਪੈਣ ਤੇ। ਹਾਂ, ਸੋ ਲੇਜ਼ਰ ਤੇ ਆ ਨਾ ਬਾਈ? ਲੇਜ਼ਰ ਤੇ ਆ। ਸੋ ਬਾਕੀ ਤੁਹਾਨੂੰ ਬਾਈ ਇੱਕ ਤਸੱਲੀ ਦੇ ਦਿੰਦੇ ਆ, ਅਸੀਂ ਲੇਜ਼ਰ ਕਰਾ ਦੇ ਉੱਪਰ ਟਰੈਕਟਰ ਜਿਹੜਾ ਚਲਾ ਕੇ ਦੇਖਿਆ ਸੀ ਜੌਨ ਡੀਅਰ, ਆਪਣੇ ਕੋਲ ਯੂਟਿਊਬ ਚੈਨਲ ਦੇ ਉੱਪਰ ਕੋਈ ਵੀਡੀਓ ਵੀ ਮੌਜੂਦ ਪਈ ਆ, ਮਾਛੀਵਾੜਾ ਏਰੀਆ ਦੇ ਵਿੱਚ ਆਪਾਂ ਗਏ ਸੀ ਰੋਪੜ ਸਾਈਡ। ਸੋ ਤੁਸੀਂ ਉੱਥੇ ਵੀਡੀਓ ਦੇਖ ਸਕਦੇ ਹੋ, ਬਾਕੀ ਮਲੇਰਕੋਟਲੇ ਟਰੈਕਟਰ ਜਾ ਹੀ ਰਿਹਾ। ਸੋ ਬਾਈ ਕੋਲ ਜ਼ਰੂਰ ਵਿਜ਼ਿਟ ਕਰਿਓ ਰੁੜਕੀ ਕਲਾ ਪਿੰਡੇ, ਤੁਹਾਨੂੰ ਆਪਣੇ ਆਪ ਦੱਸ ਦਿੰਦੇ ਕਿ ਏਸੀ ਕੈਬਨ ਆ ਜਿਹੜਾ ਕੰਪਿਊਟਰ ਕਰਾ ਦੇ ਉੱਪਰ, ਲੇਜ਼ਰ ਕਰਾ ਦੇ ਉੱਪਰ ਕਾਮਯਾਬ ਹੈ ਜਾਂ ਕਿਵੇਂ ਆ, ਉਹ ਤੁਹਾਨੂੂੰ ਬਾਈ ਖੁਦ ਦੱਸਣਗੇ ਵੀ ਚੀਜ਼ ਵਰਕ ਤੇ ਪਤਾ ਲੱਗਦਾ ਜਦੋਂ ਬਾਈ ਚਲਾਉਣਗੇ ਤਾਂ ਇਹਨਾਂ ਦਾ ਕੋਈ ਨਾ ਕੋਈ ਰਿਵਿਊ ਨਿਕਲ ਕੇ ਸਾਹਮਣੇ ਆਊਗਾ। ਸੋ ਬਾਈ ਜਿਵੇਂ ਦੇਖਿਆ ਅੰਦਰ ਬੈਠ ਕੇ, ਹਾਂਜੀ ਹਾਂ, ਮਤਲਬ ਵੀ ਤਸੱਲੀ ਹੋਈ ਆ? ਬਿਲਕੁਲ, ਮੈਨੂੰ ਐਵੇਂ ਲੱਗਦਾ ਵੀ ਗੱਡੀ ਦੇ ਵਿੱਚ ਬੰਦ ਹੋ ਕੇ ਬੈਠ ਗਏ, ਹੈ ਨਾ, ਕੋਈ ਗਰਮੀ ਗੁਰਮੀ ਵਾਲਾ ਸਿਸਟਮ ਜਾਂ ਨਹੀਂ, ਫਿਲਹਾਲ ਇਹਨਾਂ ਓਕੇ ਰਿਪੋਰਟ। ਓਕੇ ਵੀ ਕਹਿਣ ਦਾ ਸੰਤੁਸ਼ਟ ਹੋ? ਬਿਲਕੁਲ, ਹਾਂ। ਸੋ ਬਾਈ ਬਾਈ ਸੰਤੁਸ਼ਟ ਨੇ, ਪਰ ਮੈਨੂੰ ਲੱਗਦਾ ਬਾਈ ਜਿੰਨੇ ਕੁ ਬਾਈ ਲਿਮਿਟਡ ਰਿਪਲਾਈ ਕਰ ਰਿਹਾ ਸੰਗ ਦਾ ਵਾਲਾ, ਹੈ ਨਾ,
ਜੈ ਮੈਂ ਪਹਿਲਾਂ ਬੋਲਿਆ ਇਹ ਕਦੇ ਬੋਲਿਆ ਜੀ ਇਹ ਦੇਖਦੇ ਮੇਜਰ ਦੇਖਦਾ ਬਾਈ ਵੀ ਕਈ ਵਾਰ ਨਾ ਆਪਣੇ ਆਪ ਲੋਕ ਕਹਿ ਸਕਦੇ ਆ ਗੱਲਾਂ ਪਰ ਕੈਮਰੇ ਦੇ ਅੱਗੇ ਆ ਕੇ ਆਪਾਂ ਮੱਲੋ ਮੱਲੀ ਜਾਣਾ ਇੱਕ ਸ਼ਰਮ ਜੀ ਕਹਿਣਾ ਇੱਕ ਸੰਗ ਜੀ ਆਉਣ ਲੱਗ ਗਿਆ ਸੋ ਬਾਈ ਤੁਹਾਡੀ ਮਜਬੂਰੀ ਵੀ ਸਮਝਦੇ ਅਸੀਂ ਸੋ ਦਰਸ਼ਕ ਵੀਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਹੋਰ ਲੰਬੀ ਵੀਡੀਓ ਆਪਾਂ ਖਿੱਚਦੇ ਨਹੀਂ ਕਿਉਂਕਿ ਬਾਈ ਥੋੜ੍ਹੇ ਜਿਹੇ ਸ਼ਰਮੀਲੇ ਨੇ ਸੋ ਬਾਈ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹੁਣ ਇੱਕ ਚੀਜ਼ ਹੋਰ ਦਿਖਾ ਦਿੰਦੇ ਜੀ ਤੁਸੀਂ ਦੇਖ ਸਕਦੇ ਹੋ ਕਿ ਡੀਜ਼ਲ ਟੈਂਕ ਜਿਹੜਾ ਟਰੈਕਟਰ ਦੇ ਉੱਪਰ ਲੱਗਿਆ ਹੋਇਆ ਸੋ ਡੀਜ਼ਲ ਟੈਂਕ ਤੁਸੀਂ ਦੇਖ ਸਕਦੇ ਹੋ ਇਹ ਡੀਜ਼ਲ ਟੈਂਕ ਜੇ ਤੁਸੀਂ ਆਪਣੇ ਟਰੈਕਟਰ ਦੇ ਲਈ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਇਹ ਖਰੀਦਣਾ ਚਾਹੁੰਦੇ ਹੋ ਇਕੱਲਾ ਕਈ ਵੀਰ ਕਹਿੰਦੇ ਨੇ ਕਿ ਆਪਾਂ ਇਕੱਲਾ ਡੀਜ਼ਲ ਟੈਂਕ ਹੀ ਲੈਣਾ ਸੋ ਉਹ ਵੀ ਆਪਣੇ ਕੋਲ ਅਵੇਲੇਬਲ ਆ ਕੰਪਨੀ ਦੇ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਡੀਜ਼ਲ ਟੈਂਕ ਵੀ ਆਪਾਂ ਜੌਂਡੀਅਰ ਤੇ ਅਰਜਨ ਵਾਸਤੇ ਖਾਸ ਕਰਕੇ ਨੋਵੋ ਵਾਸਤੇ ਆਪਾਂ ਰੈਡੀ ਕਰ ਲਏ ਨੇ ਸੋ ਡੀਜ਼ਲ ਟੈਂਕ ਵੀ ਆਪਣੇ ਕੋਲ ਅਵੇਲੇਬਲ ਨਹੀਂ ਤੁਸੀਂ ਲਗਵਾਉਣਾ ਚਾਹੁੰਦੇ ਹੋ ਤੇ ਕਾਫੀ ਵੀਰ ਆਪਣੇ ਕੋਲ ਲੈ ਕੇ ਵੀ ਜਾ ਚੁੱਕੇ ਨੇ ਹੁਣ ਤੱਕ ਸੋ ਕਪੈਸਿਟੀ ਆ ਬਾਈ ਇਹਨਾਂ ਦੀ 85 ਲੀਟਰ ਦੇ ਕਰੀਬ ਅਪਰੋਕਸੀਮੇਟ ਜੇ ਪੂਰਾ ਆਪਾਂ ਇਹ 90 ਕੁ ਲੀਟਰ ਹੈ ਪਰ ਆਪਾਂ ਫਿਰ ਵੀ 85-80 ਲੀਟਰ ਕਹਿ ਕੇ ਦਿੰਦੇ ਹਾਂ ਇਹਦੇ ਨਾਲ ਡਬਲ ਕਪੈਸਿਟੀ ਬਣ ਜਾਂਦੀ ਹੈ ਕਿਉਂਕਿ ਉੱਪਰਲਾ ਵੀ ਨਾਲ ਕੰਮ ਕਰੂਗਾ ਡੀਜ਼ਲ ਟੈਂਕ ਨਿਚਲਾ ਵੀ ਇਹਦੇ ਵਿੱਚ ਇੱਕ ਸੁੱਚ ਦਿੱਤਾ ਹੋਇਆ ਸੁੱਚ ਨੂੰ ਪੁੱਲ ਕਰੋਗੇ ਤਾਂ ਨਿਚਲਾ ਡੀਜ਼ਲ ਜਿਹੜਾ ਉੱਪਰ ਜਾਣ ਲੱਗ ਜੂਗਾ ਸੋ ਬਾਕੀ ਬਹੁਤਾ ਸਮਾਂ ਨਾ ਖਰਾਬ ਕਰਦਾ ਹੋਇਆ ਹੁੰਦਾ ਬਾਈ ਆਪਣਾ ਮੇਨ ਫੋਕਸ ਹੀ ਏਸੀ ਕੈਬਨ ਦੇ ਉੱਪਰ ਸੋ ਠੀਕ ਹੈ ਏਸੀ ਕੈਬਨ ਵੀਰਾਂ ਨੇ ਇੰਸਟਾਲ ਕਰਵਾ ਲਿਆ ਸੋ ਟਰੈਕਟਰ ਦੀ ਲੁੱਕ ਵੀ ਬਾਕੀ ਸਿਰਾ ਗੱਲਬਾਤ ਹੋਈ ਪਈ ਹੈ ਤੁਸੀਂ ਵੀ ਆਪਣੇ ਟਰੈਕਟਰ ਤੇ ਏਸੀ ਕੈਬਨ ਲਵਾਉਣਾ ਚਾਹੁੰਦੇ ਕਿਉਂਕਿ ਹੁਣ ਮੌਸਮ ਆ ਬਾਈ ਹੁਣ ਸਹੀ ਆ ਹੁਣ ਇਹਦਾ ਅਸਲ ਜਿਹੜਾ ਆਪਾਂ ਪੰਜਾਬੀ 'ਚ ਕਹੀ ਆਪਾਂ ਅਸਲ ਲਾਹਾ ਲੈ ਸਕਦੇ ਹਾਂ ਤਾਂ ਹੁਣ ਲੈ ਸਕਦੇ ਕਿਉਂਕਿ ਹੁਣ ਕਿ ਗਰਮੀਆਂ ਦੇ ਸੀਜ਼ਨ ਨੇ ਸਾਰੇ ਜਿੰਨੇ ਕੰਮ ਹੋਣੇ ਟਰੈਕਟਰ ਦੇ ਰਿਲੇਟਡ ਸਾਰੇ ਖੇਤੀਬਾੜੀ ਦੇ ਹੋਣੇ ਹੀ ਹੋਣਗੇ ਸੋ ਬਾਕੀ ਗੋਲਡ ਸਟਾਰ ਸਮਾਨ ਕੰਪਨੀ ਤੁਹਾਡੇ ਖਿਦਮਤ ਦੇ ਵਿੱਚ ਹਾਜ਼ਰ ਹੈ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਤੁਸੀਂ ਕਾਲਿੰਗ ਦੇ ਵਿੱਚ ਫੇਸ ਕਰਦੇ ਹੋ ਕਿਸੇ ਤਰ੍ਹਾਂ ਦੀ ਤੁਹਾਨੂੰ ਏਸੀ ਕੈਬਨ ਦੀ ਕੋਈ ਕੁਐਰੀ ਕਰਨੀ ਹੈ ਕੁਝ ਵੀ ਕਰਨਾ ਤਾਂ ਤੁਸੀਂ ਇੰਸਟਾਗ੍ਰਾਮ ਤੇ ਵੀ ਤੁਸੀਂ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਯੂਟਿਊਬ ਦੇ ਉੱਪਰ ਆਪਣੀਆਂ ਪੁਰਾਣੀਆਂ ਤੋਂ ਪੁਰਾਣੀਆਂ ਵੀਡੀਓਜ਼ ਪਈਆਂ ਨੇ ਸੋ ਦੱਬ ਕੇ ਸ਼ੇਅਰ ਕਰ ਦੋ ਵੀਡੀਓਜ਼ ਬਾਈ ਜਿਹੜੇ ਕਿਸੇ ਨੂੰ ਵੀਰ ਨੂੰ ਲੋੜ ਆਈ ਸੀ ਕੈਬਨ ਦੀ ਤਾਂ ਗੋਲਡ ਸਟਾਰ ਸਮਾਣਾ ਵਿਖੇ ਆ ਕੇ ਪਹੁੰਚ ਕੇ ਵੀ ਰਾਬਤਾ ਕਾਇਮ ਕਰ ਸਕਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਤੇ ਪਿੰਡ ਚੱਕ ਅੰਮ੍ਰਿਤਸਰੀ ਹੈ ਜੀ ਸਮਾਣਾ ਪਤਲਾ ਰੋਡ ਦੇ ਉੱਪਰ ਸਥਿਤ ਹੈ ਉੱਥੇ ਆਪਣੀ ਇੰਡਸਟਰੀ ਹੈ ਡਿਸਪਲੇ ਬੋਰਡ ਆਪਣੇ ਰੋਡ ਦੇ ਉੱਪਰ ਲੱਗੇ ਹੋਏ ਨੇ ਉਦੋਂ ਤੁਸੀਂ ਆ ਕੇ ਸਾਡੇ ਕੋਲ ਪਹੁੰਚ ਸਕਦੇ ਹੋ ਬੁਕਿੰਗ ਵਗੈਰਾ ਖੁੱਲੀ ਹੈ ਬੁਕਿੰਗ ਕਰਵਾ ਸਕਦੇ ਹੋ ਫੋਨ ਤੇ ਵੀ ਬੁਕਿੰਗ ਹੋ ਜੂਗੀ ਬਾਈ ਬਾਕੀ ਤੁਹਾਨੂੰ ਅਪਾਇੰਟਮੈਂਟ ਡੇਟ ਮਿਲ ਜੂਗੀ ਕਿੱਦਾਂ ਤੁਹਾਡੇ ਡਾਇਰੈਕਟਰ ਦੇ ਉੱਪਰ ਏਸੀ ਕੈਬਨ ਲੱਗਣਾ ਸੋ ਪਹਿਲਾਂ ਇੱਕ ਦਿਨ ਦਾ ਪ੍ਰੋਸੈਸ ਰੱਖਿਆ ਸੀ ਇੱਕ ਦਿਨ ਦੇ ਵਿੱਚ ਵੀ ਲਾ ਦਈਦਾ ਕੈਬਨ ਪਰ ਆਪਾਂ ਇੱਕ ਗਾਹਕ ਦੀ ਤਸੱਲੀ ਵਾਸਤੇ ਆਪਾਂ ਕਹਿ ਕੇ ਸਮਾਂ ਲੈ ਲਈਦਾ ਪਰ ਕੰਮ ਤਸੱਲੀ ਬਖਸ਼ ਕਰਕੇ ਦਿੰਦੇ ਹਾਂ ਸੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਕਮੈਂਟ ਬੈਕ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਕਸਟਮਰ ਦੇ ਨਾਲ ਧੰਨਵਾਦ